वाहे गुरु 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 ਵੈਲਕਮ ਸਤਿ ਸ਼੍ਰੀ ਅਕਾਲ ਪ੍ਰਣਾਮ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ ਜਿੱਥੇ ਸਾਡੀ ਮੁਲਾਕਾਤ ਚੜ੍ਹਦੇ ਪੰਜਾਬ ਦੇ ਇੱਕ ਐਸੇ ਨਾਮਵਰ ਐਸੀ ਨਾਮਵਰ ਸ਼ਖਸੀਅਤ ਦੇ ਨਾਲ ਆ ਜੀ ਜਿਹੜੀ ਤਾਰਫ ਦੀ ਕੋਈ ਮੁਹਤਾਜ ਨਹੀਂ ਸਾਰਾ ਜ਼ਮਾਨਾ ਇਹਨਾਂ ਨੂੰ ਜਾਣਦਾ ਆ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਸਾਰੇ ਇਹਨਾਂ ਦੇ ਨਾਂ ਤੋਂ ਇਹਨਾਂ ਦੇ ਕੰਮ ਤੋਂ ਵਾਕਫ ਆ ਜੀ ਜਨਾਬ ਬਲਵਿੰਦਰ ਸਿੰਘ ਪੱਖੋਕੀ ਸਾਹਿਬ ਕੀ ਹਾਲ ਚਾਲ ਆ ਜੀ ਬਹੁਤ ਸ਼ੁਕਰੀਆ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਵੇਖਣ ਵਾਲੇ ਸਾਰੇ ਵਿਊਵਰਸ ਨੂੰ ਜਿੰਨੇ ਵੀ ਇਸ ਚੈਨਲ ਨੂੰ ਵੇਖਦੇ ਨੇ ਸਾਰਿਆਂ ਨੂੰ ਹੀ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਆਦਾਬ ਹੈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬਹੁਤ ਵਧੀਆ ਲੱਗਾ ਜੀ ਸੱਚਮੁੱਚ 3 ਤਰੀਕ ਦੇ ਅਸੀਂ ਐਂਟਰ ਕੀਤੇ ਹਾਂ ਇਸ ਧਰਤੀ 'ਤੇ ਸਾਨੂੰ ਇੱਕ ਮਿੰਟ ਵੀ ਨਹੀਂ ਜੇ ਲੱਗਾ ਵੀ ਅਸੀਂ ਕਿਸੇ ਦੂਸਰੇ ਮੁਲਕ 'ਚ ਹਾਂ ਇੰਨੀ ਮੁਹੱਬਤ ਯਾਰ ਇੰਨਾ ਪਿਆਰ ਉਹ ਕਾਦਲੀ ਲੀਕ ਪਾ ਲਈ ਅਸੀਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਭਈ ਜਦੋਂ ਸਾਡੀ ਬੋਲੀ ਇੱਕੋ ਜਿਹੀ ਸਾਡੀਆਂ ਦੁਆਵਾਂ ਅਰਦਾਸਾਂ ਇੱਕੋ ਜਿਹੀਆਂ ਈਵਨ ਕਿ ਸਾਡੀਆਂ ਗਾਲਾਂ ਵੀ ਇੱਕੋ ਜਿਹੀਆਂ ਹਾਂਜੀ ਸਾਰਾ ਕੁਝ ਹੀ ਸਾਡਾ ਇੱਕੋ ਜਿਹਾ ਸਾਡਾ ਖਾਣ ਪੀਣ ਪਹਿਨਣ ਹਰ ਇੱਕ ਚੀਜ਼ ਇੱਕੋ ਜੀ ਅਤੇ ਫਿਰ ਵੀ ਸਾਨੂੰ ਬਹੁਤ ਅੱਛਾ ਲੱਗਾ ਜੀ ਸਰ ਜੀ ਇਹ ਜਿਹੜੀਆਂ ਲਕੀਰਾਂ ਖਤਮ ਹੋਈਆਂ ਜਾਂ ਥੋੜ੍ਹੀਆਂ ਜਿਹੀਆਂ ਮੱਧਮ ਹੋਈਆਂ ਉਹਦੇ ਵਿੱਚ ਤੁਹਾਡਾ ਕਿਰਦਾਰ ਸਾਂਵਲ ਧਾਮੀ ਸਾਹਿਬ ਦਾ ਸਾਡੇ ਪੰਜਾਬੀ ਲਹਿਰ ਦੇਸੀ ਇਨਫੋਟੇਨਰ ਸਾਂਝਾ ਪੰਜਾਬ 1947 ਕਿਤੇ ਕਿਤੇ ਇੱਕ ਪਿੰਡ ਪੰਜਾਬ ਦਾ ਚੈਨਲ ਦਾ ਵੀ ਥੋੜ੍ਹਾ ਬਹੁਤਾ ਹਿੱਸਾ ਹੈਗਾ ਆ ਜ਼ਰੂਰ ਸਾਡਾ ਦੇਸ਼ ਪੰਜਾਬ ਸਭ ਦਾ ਪੰਜਾਬ ਇਹ ਜਿਹੜੇ ਸਾਰੇ ਜਿੰਨੇ ਵੀ ਚੈਨਲ ਆ ਇਹਨਾਂ ਦਾ ਇਹ ਜਿਹੜੀਆਂ ਲਕੀਰਾਂ ਆ ਉਹਨਾਂ ਨੂੰ ਮੱਧਮ ਕਰਨ ਦੇ ਵਿੱਚ ਉਹਨਾਂ ਦੇ ਜਿਹੜੇ ਦਰਵਾਜ਼ੇ ਉਹਨਾਂ ਨੂੰ ਮਤਲਬ ਥੋੜ੍ਹਾ ਜਿਹਾ ਬਾਰੀਆਂ ਦਰਵਾਜ਼ੇ ਖੋਲ੍ਹਣ ਦੇ ਵਿੱਚ ਕਿਤੇ ਨਾ ਕਿਤੇ ਕਿਰਦਾਰ ਹੈਗਾ ਇਹਦੇ ਬਾਰੇ ਕੀ ਕਹਿਣਗੇ ਬਹੁਤ ਵਧੀਆ ਕਿਰਦਾਰ ਹੈ ਜੀ ਕਿਉਂਕਿ ਜਿਹੜੇ ਅਸੀਂ ਇੱਕ ਭੂਮਿਕਾ ਬੱਧੀ ਸੀ ਉਹ ਵਿਛੋੜੇ ਜਿਹੜੇ ਲੋਕ 72 ਸਾਲ ਪਹਿਲਾਂ ਵਿਛੋੜ ਦਿੱਤੇ ਗਏ ਸੀਗੇ ਉਹਨਾਂ ਨੂੰ ਮਿਲਾਉਣ ਦਾ ਜਿਹੜਾ ਕੰਮ ਅਸਾਂ ਤੁਸਾਂ ਰਲ ਕੇ ਕੀਤਾ ਕੁਛ ਲੋਕਾਂ ਨੂੰ ਤਾਂ ਅਸੀਂ ਫਿਜ਼ੀਕਲੀ ਵੀ ਮਿਲਵਾਇਆ ਅਤੇ ਕੁਛ ਲੋਕਾਂ ਨੂੰ ਅਸੀਂ ਫੋਨ 'ਤੇ ਗੱਲਬਾਤ ਕਰਵਾ ਦਿੰਦੇ ਸੀ ਔਰ ਫੋਨ 'ਤੇ ਗੱਲ ਕਰਦਿਆਂ ਮਤਲਬ ਅਸੀਂ ਇਹ ਵੇਖਿਆ ਵੀ ਅੱਧਾ ਅੱਧਾ ਘੰਟਾ ਸਿਸਕੀਆਂ ਸੁਣਦੀਆਂ ਸੀ ਲਫ਼ਜ਼ ਨਹੀਂ ਸੀ ਨਿਕਲਦਾ ਹੁਣ ਤੁਸੀਂ ਪਾਕਿਸਤਾਨ ਗਵਰਨਮੈਂਟ ਨੂੰ ਇਹ ਅਪੀਲ ਕਰਨੀ ਆ ਕਿ ਜਿਹੜੇ ਕੁਝ ਉੱਧਰ ਦੇ ਲੋਕ ਜਦੋਂ ਕਰਤਾਰਪੁਰ ਸਾਹਿਬ ਆਉਣੇ ਆ ਉਹਨਾਂ ਦੇ ਕੁਛ ਵਿਛੜੇ ਲੋਕ ਉੱਧਰੋਂ ਆਉਣਗੇ ਕੁਛ ਇੱਧਰ ਦੇ ਲੋਕ ਜਿਹੜੇ ਮੁਸਲਿਮ ਉਹਨਾਂ ਦੇ ਪਰਿਵਾਰਾਂ ਦੇ ਨੇ ਉਹਨਾਂ ਨੂੰ ਉੱਧਰ ਐਂਟਰੀ ਦਿੱਤੀ ਜਾਵੇ ਤਾਂ ਕਿ ਉਸ ਪਵਿੱਤਰ ਜਗ੍ਹਾ ਦੇ ਉੱਤੇ ਇੱਕ ਵਾਰੀ ਫੇਰ ਗੱਲ ਵੱਕਰੀਆਂ ਪਾ ਸਕਣ ਇੱਕ ਵਾਰੀ ਫੇਰ ਉਹ ਮਿਲ ਸਕਣ ਸਾਡੀ ਤਾਂ ਇਹ ਵੀ ਖੁਆਇਸ਼ ਆ ਜੀ ਬਲਕਿ ਸਾਡੀ ਅਪੀਲ ਆ ਗੌਰਮੈਂਟ ਆਫ ਪਾਕਿਸਤਾਨ ਦੇ ਅੱਗੇ ਕਿ ਜਿਹੜੇ ਨਨਕਾਣਾ ਸਾਹਿਬ ਯਾਤਰਾ ਕਰਨ ਆਉਂਦੇ ਆ ਜਿਹੜੇ ਇੱਥੋਂ ਪਾਕਿਸਤਾਨ 'ਚ ਉੱਠ ਕੇ ਉੱਥੇ ਗਏ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਮੌਕਾ ਦੇਣਾ ਚਾਹੀਦਾ ਕਿ ਉਹ ਕਿਸੇ ਦੀ ਜ਼ਮਾਨਤ 'ਤੇ ਬੇਸ਼ੱਕ ਸਹੀ ਲੇਕਿਨ ਆਪਣਾ ਪਿੰਡ ਜਾ ਕੇ ਦੇਖਣ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਣ ਕਿਉਂਕਿ ਇਹ ਹੁਣ ਗੱਲ ਨਹੀਂ ਰਹੀ ਹੈਗੀ ਕਿ ਜਿਹੜਾ ਬੰਦਾ ਜਿਸ ਪਿੰਡ 'ਚ ਉੱਠ ਕੇ ਗਿਆ ਉਹਦਾ ਉਸ ਪਿੰਡ ਦੇ ਨਾਲ ਰਾਬਤਾ ਨਾ ਹੋਵੇ ਸੋਸ਼ਲ ਮੀਡੀਆ ਨੇ ਬਹੁਤ ਨੇੜੇ ਕਰ ਦਿੱਤੇ ਲੋਕ ਇਸ ਸਿਲਸਿਲੇ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਇੱਕ ਬਿਆਨ ਦਿੱਤਾ ਸੀਗਾ ਇੱਕ ਸਟੋਰੀ ਤੁਹਾਡੇ ਪਾਕਿਸਤਾਨ ਤੋਂ ਬਣਾਈ ਸੀ ਸ਼ਾਇਦ ਨਾਸਰ ਢਿੱਲੋਂ ਸਾਹਿਬ ਨੇ ਇੱਕ ਬਸ਼ੀਰ ਅਹਿਮਦ ਨਾਂ ਦਾ ਬਜ਼ੁਰਗ ਰੋਂਦਾ ਸੀ ਕਿ ਮੈਨੂੰ ਮੇਰੇ ਭਰਾ ਨੂੰ ਫਰੀਦਕੋਟ 'ਚ ਮਿਲ ਲੈਣ ਦਿਓ ਉਹ ਬਹੁਤ ਜ਼ਬਰਦਸਤ ਸਟੋਰੀ ਸੀ ਔਰ ਉਦੋਂ ਫਿਰ ਅਸੀਂ ਬਿਆਨ ਦਿੱਤਾ ਸੀਗਾ ਕਿ ਅਗਰ ਇੰਡੀਆ ਗਵਰਨਮੈਂਟ ਇਸ ਬਜ਼ੁਰਗ ਨੂੰ ਇੰਡੀਆ ਦਾ ਵੀਜ਼ਾ ਦੇਵੇ ਤਾਂ ਮੈਂ ਆਪਣੀ ਪੂਰੀ ਜਾਇਦਾਦ ਇੰਡੀਆ ਗਵਰਨਮੈਂਟ ਅੱਗੇ ਗਿਰਵੀ ਰੱਖਣ ਨੂੰ ਤਿਆਰ ਹਾਂ ਈਵਨ ਕਿ ਆਪਣੀ ਜਾਨ ਵੀ ਮੈਂ ਇੰਡੀਆ ਗਵਰਨਮੈਂਟ ਦੇ ਸਾਹਮਣੇ ਗਿਰਵੀ ਰੱਖਣ ਨੂੰ ਤਿਆਰ ਹਾਂ ਇਹ ਬਜ਼ੁਰਗ ਮਿਲਾਓ ਯਾਰ ਇੱਕ 80 ਸਾਲ ਦਾ ਬਜ਼ੁਰਗ ਇੱਧਰੋਂ ਜਾ ਕੇ ਕੀ ਮਿਜ਼ਾਈਲ ਚਲਾ ਦੂ ਕੀ ਉੱਥੇ ਬੰਬ ਸੁੱਟ ਦੂ ਉਹਨਾਂ ਨੂੰ ਮਿਲ ਲੈਣ ਦਿਓ ਇਹ ਬੁੱਢੀਆਂ ਜਾਨਾਂ ਵਿਚਾਰੀਆਂ ਉਹਨਾਂ ਦਾ ਅਜੇ ਵੀ ਕਿਤੇ ਜਾਨ ਅਟਕੀ ਹੋਈ ਆ ਉਹ ਮੇਰਾ ਪਿੰਡ ਉਹ ਮੇਰੀਆਂ ਗਲੀਆਂ ਉਹ ਮੇਰਾ ਖੂਹ ਉਹ ਮੇਰਾ ਬੋੜ ਸਾਡੇ ਬਜ਼ੁਰਗ ਨੇ ਉੱਥੇ 3-3 ਮੰਜ਼ਲੀਆਂ ਕੋਠੀਆਂ ਪਈਆਂ ਰੇਂਜ ਰੋਵਰ ਗੱਡੀਆਂ ਰੱਖੀਆਂ 100-100 ਗੱਲਾਂ ਜ਼ਮੀਨ ਆ ਉਹ ਆਉਂਦੇ ਸਾਨੂੰ ਨਹੀਂ ਭੁੱਲਦਾ ਜੜ੍ਹਾਂ ਵਾਲਾ ਉਹ ਸਾਡਾ ਨਾਰੋਵਾਲ ਹੋਏ
ਉਹ ਸਾਡਾ ਨਨਕਾਣਾ ਸਾਹਿਬ, ਉਹ ਸਾਡਾ ਫੈਸਲਾਬਾਦ, ਉਹ ਆਖੀਦਾ ਬਾਪੂ ਕੱਚੇ ਕੋਠੇ ਸੀ, ਉਹ ਹਲਾਣਾ ਵਾਹੀ ਸੀ, ਸਾਡਾ ਦੇਸ਼ ਕਹਿੰਦੇ ਆ, ਸਾਡਾ ਦੇਸ਼ ਕਹਿੰਦੇ ਆ, ਸਾਡਾ ਦੇਸ਼। ਉਹ ਕਹਿੰਦੇ ਨਹੀਂ, ਉਹ ਨਹੀਂ ਬਲਵਿੰਦਰ ਸਿੰਘ, ਸਾਨੂੰ ਉਹ ਸਰਦਾਰੀ ਨਹੀਂ ਮਿਲੀ ਜਿਹੜੀ ਪਾਕਿਸਤਾਨ 'ਚ। ਇਹ ਗੱਲ ਸੱਚ ਆ ਕਿ ਇਸ ਧਰਤੀ ਨੂੰ ਆਪਣਾ ਮੁਲਕ ਕਹਿੰਦੇ ਨੇ। ਹਾਂਜੀ, ਅੱਜ ਵੀ ਉਹਨਾਂ ਦੇ ਮੂੰਹੋਂ ਇਹੋ ਗੱਲ ਨਿਕਲਦੀ ਆ, ਕਿਉਂਕਿ ਕਈ ਬਜ਼ੁਰਗ ਤਾਂ ਐਸੇ ਸੀ ਜਿਹੜੇ ਇੱਧਰ ਵਾਲੇ ਵੀ ਗੱਲ ਕਰਦੇ ਆ ਵੀ ਜਦੋਂ ਇੱਧਰੋਂ ਮਾਈਗ੍ਰੇਟ ਹੋ ਕੇ ਗਏ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਗਲਤ ਫਹਿਮੀ ਸੀ ਵੀ ਇਹ 10-15 ਦਿਨ ਦਾ ਰੌਲਾ, ਮੁੜ ਕੇ ਅਸੀਂ ਆ ਜਾਣਾ। ਕਈ ਤਾਂ ਆਉਂਦੇ ਵੀ ਅਸੀਂ ਆਪਣੇ ਚੰਗੇ ਚੰਗੇ ਕੱਪੜੇ, ਰਜਾਈਆਂ, ਬਿਸਤਰੇ ਅਸੀਂ ਮਤਲਬ ਪੇਟੀਆਂ 'ਚ ਬੰਦ ਕਰਕੇ ਰੱਖ ਆਏ, ਮਾੜੇ ਮੋਟੇ ਲੈ ਕੇ ਤੁਰ ਪਏ ਵੀ ਰਾਹ 'ਚ ਭਿੱਜ ਭੱਜ ਜਾਣਗੇ, ਮੀਂਹ ਪੈਂਦੇ ਸਨ ਵੀ ਕੋਈ ਗੱਲ ਨਹੀਂ, ਪਰ ਉਹ ਮੁੜ ਕਦੀ ਉਹ ਬਿਸਤਰੇ ਉਹਨਾਂ 'ਤੇ ਸੌਣਾ ਨਸੀਬ ਹੀ ਨਹੀਂ ਹੋਇਆ। ਸਰ ਜੀ, ਸਾਡੇ ਪਾਕਿਸਤਾਨ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਪਾਰਟੀਸ਼ਨ ਸਟੋਰੀਆਂ 'ਤੇ, ਔਰ ਜਿਹੜਾ ਸਿੱਖ ਆਪਣੇ ਭਾਈਚਾਰੇ ਵਿੱਚ ਇਹਨਾਂ ਨੂੰ ਨੇੜੇ ਕਰਨ ਲਈ, ਮੈਂ ਨਾਮ ਲਵਾਂਗਾ ਜੀ, ਦੇਸੀ ਇਨਫੋਟੇਰ ਸਾਡੇ ਉਸਤਾਦ ਮੋਹਤਰਮ ਖਿਆਮ ਚੌਹਾਨ ਸਾਹਿਬ, ਉਸ ਤੋਂ ਬਾਅਦ ਜੀ ਪੰਜਾਬੀ ਲਹਿਰ ਜਿਹੜੀ ਕਿਸੇ ਵੀ ਤਾਰਫ ਦੀ ਮੁਹਤਾਜ ਨਹੀਂ, ਉਹਨਾਂ ਨੇ ਪੰਜਾਬੀਆਂ ਨੂੰ ਬਹੁਤ ਨੇੜੇ ਕੀਤਾ, ਔਰ ਬਿਲਾ ਸ਼ੁਬਾ ਉੱਥੇ ਲੋਕ ਇਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦੇ। ਇਹਨਾਂ ਦੇ ਬਾਰੇ ਤੁਸੀਂ ਦੱਸੋ ਵੀ ਲੋਕ ਇਹਨਾਂ ਦੇ ਬਾਰੇ ਕੀ ਕਹਿੰਦੇ? ਮੈਂ ਕਿਹਾ ਜੀ, ਇੱਥੇ ਉਹਨਾਂ ਨੂੰ ਪਹਿਚਾਣ ਕੇ ਨਾਸਰ ਢਿੱਲੋਂ ਸਾਹਿਬ ਨੂੰ ਤਾਂ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਤਸਵੀਰਾਂ ਹੀ ਖਿਚਾ ਰਹੇ ਲੋਕ। ਖਿਆਮ ਚੌਹਾਨ ਨਾਲ ਵੀ ਇਸੇ ਤਰ੍ਹਾਂ ਹੀ ਹੋ ਰਿਹਾ, ਤੁਹਾਨੂੰ ਵੀ ਲੋਕ ਜਿਹੜੇ ਪਹਿਚਾਣ ਲੈਣਗੇ ਇਸ ਤਰ੍ਹਾਂ ਹੀ ਆ। ਈਵਨ ਕਿ ਮੈਂ ਲਾਹੌਰ 'ਚ ਫਿਰ ਰਿਹਾ ਸੀ ਜੀ, ਮੈਂ 3-4 ਦਿਨ ਗੁਰਦੁਆਰਾ ਡੇਰਾ ਸਾਹਿਬ ਹੀ ਰਿਹਾ, ਅਤੇ ਮੈਨੂੰ ਲੋਕਾਂ ਨੇ ਪਹਿਚਾਣਿਆ। ਉਹ ਪਹਿਲਾਂ ਦਾੜੀ ਮੇਰੇ ਅੰਡੇ ਦਾ ਰੰਗ ਲਾ ਲੈਂਦਾ ਸੀ, ਉਹ ਲੋਕ ਕਹਿੰਦੇ ਯਾਰ ਤੇਰੀ ਸ਼ਕਲ ਬਲਵਿੰਦਰ ਪੱਖੋਕੇ ਨਾਲ ਮਿਲਦੀ ਆ। ਮੈਂ ਕਿਹਾ ਜੀ ਮੇਰਾ ਛੋਟਾ ਭਰਾ ਉਹ, ਅਤੇ ਉਹ ਤੂੰ ਲਕੀਰਾਂ ਪ੍ਰੋਗਰਾਮ ਵਾਲਾ, ਮਤਲਬ ਇੰਨੀ ਇੱਜ਼ਤ, ਇੰਨਾ ਪਿਆਰ, ਮੈਂ ਹੈਰਾਨ ਰਹਿ ਗਿਆ ਕਿ ਮੇਰੇ ਪ੍ਰੋਗਰਾਮ ਲੋਕ ਇੰਨੀ ਸ਼ਿੱਦਤ ਨਾਲ ਇੱਧਰ ਵੀ ਵੇਖ। ਸੰਭਵ ਹੀ ਨਹੀਂ ਸੀ ਜੇ ਨਵਜੋਤ ਸਿੰਘ ਸਿੱਧੂ ਜੱਫੀ ਨਾ ਪਾਉਂਦਾ ਤਾਂ ਅੱਜ ਸਾਡੀਆਂ ਤੁਹਾਡੀਆਂ ਜੱਫੀਆਂ ਨਹੀਂ ਸੀ ਪੈਣੀਆਂ। ਹਾਂਜੀ ਪੱਖੋਕੀ ਸਾਹਿਬ, ਬਹੁਤ ਸਾਰੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਹੈ, ਲੇਕਿਨ ਸਮੇਂ ਦੀ ਘਾਟ, ਤੁਸੀਂ ਐਂਡ ਦੇ ਕੀ ਪੈਗਾਮ ਦੇਣਾ ਚਾਹੋਗੇ ਦੋਵਾਂ ਮੁਲਕਾਂ ਦੀ ਯੂਥ ਨੂੰ, ਦੋਵਾਂ ਮੁਲਕਾਂ ਦੀ? ਮੈਂ ਇਹ ਗੱਲ ਕਹਾਂਗਾ ਕਿ ਦੋਨੋਂ ਮੁਲਕਾਂ ਦੀ ਜਿਹੜੀ ਨੈਕਸਟ ਜਨਰੇਸ਼ਨ ਆ, ਯੂਥ ਆ ਯਾਰ, ਅਸੀਂ ਰਲ ਮਿਲ ਕੇ ਜ਼ਿਆਦਾ ਤਰੱਕੀ ਕਰ ਸਕਦੇ ਹਾਂ। ਅਤੇ ਜਦੋਂ ਅਸੀਂ ਇੱਥੇ ਮਿਲਦੇ ਹਾਂ, ਉਹ ਮੈਂ ਵਿਰਕ ਜੱਟ ਹੋਏ, ਮੈਂ ਸੰਧੂ, ਮੈਂ ਗਿੱਲ, ਮੈਂ ਰੰਧਾਵਾ, ਉਹ ਯਾਰ ਅਸੀਂ ਸੋਚਦੇ ਹਾਂ ਅਸੀਂ ਵੀ ਰੰਧਾਵੇ ਹਾਂ, ਉਹ ਵੀ ਅਸੀਂ ਵੀ ਗਿੱਲ ਹੈਗੇ ਸਾਰੇ, ਇਹਦੇ ਮਤਲਬ ਉਹ ਸਾਡੇ ਇੱਕ ਜਥੇਦਾਰ ਨਾਲ ਨੇ, ਆਉਂਦੇ ਜੇ ਥੋੜ੍ਹਾ ਜਿਹਾ ਪਛਾਣ ਨੂੰ ਚੱਲ ਜਾਈਏ, DNA ਸਾਡਾ ਇੱਕੋ ਹੀ ਆ। ਹੁਣ ਇੱਥੇ ਸਾਡੇ ਨਾਲ ਇੱਕ ਪਰਿਵਾਰ ਆਇਆ ਜੀ ਕੈਨੇਡਾ ਤੋਂ, ਤੁਹਾਨੂੰ ਮਿਲਵਾਵਾਂਗੇ। ਉਹਨਾਂ ਦਾ ਇੱਕ ਪਰਿਵਾਰ ਇੱਥੇ ਭਿੰਡਰ ਜੱਟ 62 ਪਿੰਡ ਆ, 62 ਪਿੰਡ ਕੋ ਪਿੰਡ ਆ ਇੱਧਰ ਤੁਹਾਡੇ ਇੱਧਰ, ਉਹ ਪੂਰਾ ਪਰਿਵਾਰ ਮੁਸਲਿਮ ਆ, ਅਤੇ ਉੱਧਰੋਂ ਜਿਹੜਾ ਕੈਨੇਡਾ ਤੋਂ ਪਰਿਵਾਰ ਆਇਆ ਉਹ ਪੂਰਾ ਗੁਰਸਿੱਖ ਆ, ਕੋਈ ਬੰਦੂਕ ਨਾਲ ਕੋਈ ਤਲਵਾਰ ਨਾਲ ਨਹੀਂ ਜਿੱਤ ਸਕਿਆ, ਪਰ ਅੱਜ ਅਹਿਸਾਨ ਦੇ ਨਾਲ ਜਿੱਤ ਲਿਆ। ਤੁਸੀਂ ਮੁੱਲ ਲੈ ਲਈ ਯਾਰ ਸਿੱਖ ਕੌਮ ਸਾਰੀ। ਸਾਡੇ ਨਾਲ ਖੜੇ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਜਦੋਂ ਨਨਕਾਣਾ ਸਾਹਿਬ ਇੱਥੇ ਸਾਡੇ ਸਰਦਾਰ ਭਾਈ ਆਉਂਦੇ, ਇਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਹੈ, ਕੀ ਟਹਿਲ ਸੇਵਾ ਕਰਦੇ ਉਹਨਾਂ ਦੀ? ਜੀ ਵਾਲੇਕੁਮ ਸਲਾਮ ਜਨਾਬ, ਮੁਸ਼ਤਾਕ ਹੁਸੈਨ ਭੱਟੀ ਨਾਮ ਹੈ ਮੇਰਾ, ਭੱਟੀ ਫੈਮਿਲੀ ਸੇ ਤਾਲਕ ਹੈ, ਔਰ ਗੁਰੂ ਨਾਨਕ ਸੇ ਤੋ ਹਮੇ ਬਹੁਤ ਪਿਆਰ ਹੈ। ਅੱਛਾ ਅੱਛਾ, ਪੰਜਾਬੀ ਮੈਂ ਬਾਤ ਕਰੂੰ ਤੋ? ਅੱਛਾ, ਉਹ ਇਹ ਜੋ ਸਿੱਖ ਯਾਤਰੀ ਇੱਧਰ ਆਤੇ ਹੈ, ਮੈਂ ਦੁਬਾਰਾ ਫਿਰ ਪੰਜਾਬੀ ਤੋਂ ਸ਼ੁਰੂ ਕਰਾਂ। ਮੁਸ਼ਤਾਕ ਭੱਟੀ ਜਨਾਬ ਨਾਮ ਹੈ, ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹੈ, ਔਰ ਭੱਟੀ ਫੈਮਿਲੀ ਇੱਧਰ ਬਹੁਤ ਜ਼ਿਆਦਾ ਹੈ, ਗੁਰੂ ਨਾਨਕ ਨਾਲ ਸਪੈਸ਼ਲੀ ਭੱਟੀ ਫੈਮਿਲੀ ਨੂੰ ਤਾਂ ਵੈਸੇ ਵੀ ਪਿਆਰ ਹੈ, ਔਰ ਅਸੀਂ ਇਹਨਾਂ ਦਾ ਜਿਹੜਾ ਜਨਮ ਦਿਨ ਹੁੰਦਾ ਹੈ ਉਹ ਬੜੇ ਅੱਛੇ ਤਰੀਕੇ ਸੈਲੀਬ੍ਰੇਟ ਕਰਨੇ ਹੈ, ਕਿ ਅਮਨ ਅਤੇ ਆਤਸ਼ੀ ਔਰ ਪਿਆਰ ਮੁਹੱਬਤ ਬਾਬਾ ਗੁਰੂ ਨਾਨਕ ਦੀ ਵੀ ਤਾਲੀਮ ਸੀ, ਉਸ ਤੋਂ ਹਟ ਕੇ ਸਿੱਖ ਯਾਤਰੀ ਜਿਹੜੇ ਆਉਂਦੇ ਨੇ ਉਹਨਾਂ ਨਾਲ ਗੁੱਲ ਮਿਲ ਕੇ ਬੜੇ ਪਿਆਰ ਨਾਲ ਮੁਹੱਬਤ ਨਾਲ ਅਸੀਂ ਪੇਸ਼ ਆਉਂਦੇ ਹਾਂ, ਔਰ ਉਹ ਬੜੀ ਅੱਛੀ ਯਾਦ ਲੈ ਕੇ ਜਾਂਦੇ ਇੱਥੋਂ, ਬੜੀਆਂ ਅੱਛੀਆਂ ਯਾਦਾਂ ਲੈ ਕੇ ਜਾਂਦੇ ਹੈ, ਬੜੇ ਖੁਸ਼ ਹੋ ਕੇ ਜਾਂਦੇ ਨੇ, ਔਰ ਇਸ ਦਫ਼ਾ 550 ਬਾਬਾ ਗੁਰੂ ਨਾਨਕ ਦਾ, ਹਾਂਜੀ, ਉਹਨਾਂ ਦਾ ਜਨਮ ਅਸਥਾਨ ਮਨਾ ਰਹੇ ਹੈ, ਉਹਦੇ 'ਚ ਪੂਰੀ ਵਰਲਡ ਤੋਂ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਆਏ ਨੇ, ਅਤੇ ਉਹ ਆਪਣਾ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਪਾਕਿਸਤਾਨ ਨੇ ਬੜਾ ਅੱਛਾ ਮਤਲਬ ਇਹ ਕਰਤਾਰਪੁਰ ਵਾਲਾ ਰਾਹਦਾਰੀ ਕੋਰੀਡੋਰ ਬੜਾ ਅੱਛਾ ਉਹ ਕੰਮ ਕੀਤਾ, ਉਹਦੇ ਨਾਲ ਸਾਡੀ ਮੁਲਕ ਦੀ ਮੁਇਸ਼ਤ ਦਾ ਵੀ ਫਾਇਦਾ ਹੈ, ਔਰ ਸਿੱਖ 14 ਕਰੋੜ ਦੇ ਰਾਊਂਡ ਅਬਾਊਟ ਸਿੱਖ ਕੌਮ ਜਿਹੜੀ ਹੈ ਉਹ ਪਾਕਿਸਤਾਨੀ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਨ ਲੱਗ ਪਈ ਹੈ, ਔਰ ਬਹੁਤ ਜ਼ਿਆਦਾ ਖੁਸ਼ ਨੇ। ਬਹੁਤ ਸ਼ੁਕਰੀਆ ਸਰ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਜੰਮੂ ਕਸ਼ਮੀਰ ਤੋਂ ਆਏ ਹਾਂ, ਹਾਂ, ਇੱਥੇ ਆ ਕੇ ਬਹੁਤ ਵਧੀਆ ਲੱਭਾ, ਔਰ ਇੰਨਾ ਕਹਿ ਸਕਦੇ ਹਾਂ ਕਿ ਸਾਡੇ ਕੋਲ ਕੋਈ ਲਫਾਜ ਹੀ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਤੁਹਾਡੀ ਤਾਰੀਫ ਕਰੀਏ, ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ, ਗੱਲ ਮੁੱਕ ਜਾਂਦੀ ਹੈ ਜੀ, ਫਿਰ ਇਸ ਲੱਗ ਜਾਂਦਾ, ਇਸ ਤੋਂ ਵੱਡੀ ਤਾਰੀਫ ਹੀ ਕੋਈ ਨਹੀਂ ਕਰ ਸਕਦੇ ਅਸੀਂ। ਕੀ ਦੱਸੋਗੇ ਜਾ ਕੇ? ਅਸੀਂ ਦੇਖਾਂਗੇ, ਸਾਡਾ ਇੰਨਾ ਵੈਲਕਮ ਹੋਇਆ,
ਔਰ ਇੰਨਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਡੇ ਮਹਿਮਾਨ ਹੋ, ਸਾਡੇ ਨੂੰ ਜਿੱਥੇ ਵੀ ਜਾਣਾ ਸੀ ਸਾਨੂੰ ਨਾਲ ਜਾ ਕੇ ਪਜਾਇਆ, ਲੰਗਰਾਂ ਦੀ ਸੇਵਾ ਕੀਤੀ ਹੈ, ਹਰ ਚੀਜ਼ ਦੀ ਸਹੂਲਤ ਮਿਲੀ ਸਾਨੂੰ, ਖੁਸ਼ ਆਮਦਾ ਕੀ ਆ ਜੀ। ਚੜ੍ਹਦਾ ਪੰਜਾਬ ਤੋਂ ਲਹਿੰਦੇ ਪੰਜਾਬ ਜਿਹੜੇ ਆਉਂਦੇ ਆ ਉਹਨਾਂ ਨੂੰ ਇਸੇ ਤਰ੍ਹਾਂ ਹੀ ਖੁਸ਼ ਆਮਦੀਦ ਲੋਕ ਕਹਿੰਦੇ ਰਹਿਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਹਾਲ ਚਾਲ ਆ? ਚੜ੍ਹਦੀ ਕਲਾ ਜੀ, ਤੁਸੀਂ ਆਪਣਾ ਸੁਣੀ? ਕਿਹੜੀ ਜਗ੍ਹਾ ਤੋਂ ਆਏ? ਫਿਰੋਜ਼ਪੁਰ ਤੋਂ। ਹਾਂਜੀ ਹਾਂਜੀ। ਕਿੰਨੇ ਦਿਨ ਹੋ ਗਏ ਆਇਆਂ ਨੂੰ? 6 ਤਰੀਕ ਦੇ। ਹਾਂਜੀ ਹਾਂਜੀ। ਪਹਿਲੇ ਤਾਂ ਜੀ ਤੁਹਾਨੂੰ 550ਵੇਂ ਗੁਰਪੁਰਬ ਦੀ ਬਹੁਤ ਬਹੁਤ ਵਧਾਈ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਦੂਸਰਾ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ, ਇਹਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਮੁਬਾਰਕਾਂ ਹਰ ਇੱਕ ਨੂੰ ਜੀ। ਕਿਹੋ ਜਿਹਾ ਲੱਗਾ ਤੁਹਾਨੂੰ? ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ, ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਆਪਾਂ ਇੱਕ ਮਿਲ ਜੁਲ ਕੇ ਰਹੀਏ ਸਾਰੇ, ਸਾਰੇ ਆਪਣੇ ਭਰਾ ਆ, ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਵਧੀਆ ਮਾਹੌਲ ਰਹੇ, ਠੀਕ ਹੈ ਨਾ? ਆਪਣਾ ਨਾਂ ਕੀ ਦੱਸਿਆ? ਹਰਜੀਤ ਸਿੰਘ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ। ਹਾਂ, ਪਹਿਲੀ ਵਾਰ। ਸਾਡੀ ਆਵਾਮ ਫਿਰਦੀ ਤੁਰਦੀ ਦੇਖਦੇ ਹਾਂ। ਹਾਂਜੀ, ਸਾਡੀ ਜਿਹੜੀ ਆਵਾਮ ਜਨਤਾ ਤੁਰਦੀ ਫਿਰਦੀ ਦੇਖਦੇ ਹਾਂ। ਹਾਂਜੀ ਹਾਂਜੀ। ਵੀ ਤੁਸੀਂ ਵੇਹੀ ਪੰਜਾਬੀ ਛੱਡ ਕੇ ਫਰਕ ਲੱਗਾ? ਕੋਈ ਫਰਕ ਨਹੀਂ, ਬਸ ਠੀਕ ਹੈ, ਮਾਹੌਲ ਵਧੀਆ। ਸੁਥਣਾ ਦਾ ਫਰਕ ਲੱਗਦਾ ਆਪਣਾ? ਹਾਂ ਨਹੀਂ ਜੀ, ਸੁਖਣੇ ਦਾ, ਬਸ ਬਸ ਸੁਖਣੇ ਦਾ ਹੀ ਆ, ਹੋਰ ਕੋਈ ਫਰਕ ਨਹੀਂ। ਸਾਰੇ ਆਪਦੇ ਭਰਾ ਆ, ਸਾਰੇ ਮਿਲ ਜੁਲ ਕੇ ਰਹੀਏ, ਬਹੁਤ ਵਧੀਆ ਕੰਮ। ਹਾਂ, ਬੜੀ ਖੁਸ਼ੀ ਦੀ ਗੱਲ। ਕੀ ਸੁਨੇਹਾ ਦਓਗੇ ਹੁਣ ਜਾ ਕੇ? ਸੁਨੇਹਾ ਦਵਾਂ ਦੇ ਵੀ ਗੁਰੂ ਪਾਤਸ਼ਾਹ ਦੇ ਦਰਸ਼ਨ ਕਰੋ ਜੇ ਆਪਾਂ ਨੂੰ ਦਰਸ਼ਨ ਹੋਣ, ਅਤੇ ਸਭ ਤੋਂ ਵਧੀਆ ਤੁਹਾਨੂੰ ਹੀ ਦਰਸ਼ਨ ਉੱਧਰ ਹੋਣ, ਸਾਰੇ ਭਰਾ ਆਪਾਂ ਇਕੱਠੇ ਹੋਈਏ, ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਸਰਦਾਰ ਸਾਹਿਬ ਜੀ ਕਿਹੜੀ ਜਗ੍ਹਾ ਤੋਂ ਆਏ, ਗਡੇਰੀਆਂ ਚੋਪਣ ਰਹੇ ਆ ਜੀ? ਬਸ ਬਸ ਵਧੀਆ ਜੀ, ਮੈਂ ਕਿਹੜੀ ਜਗ੍ਹਾ ਤੋਂ ਆਏ? ਰਾਜਸਥਾਨ, ਇੰਡੀਆ। ਅੱਛਾ, ਰਾਜਸਥਾਨ। ਸੁਣਾਓ, ਕਿੱਦਾਂ ਲੱਗਾ? ਬਸ ਬਹੁਤ ਵਧੀਆ ਲੱਗਾ ਜੀ। ਪਹਿਲੀ ਵਾਰੀ ਆਏ ਹੋ? ਨਹੀਂ, ਦੂਸਰੀ ਵਾਰ ਆਇਆ। ਹਾਂਜੀ। ਪਹਿਲੀ ਵਾਰੀ ਕਦੋਂ ਆਏ ਜੀ? ਪਹਿਲੀ ਵਾਰੀ 13 ਚ ਆਏ ਸੀ। 13 ਵਿੱਚ 6 ਸਾਲ ਹੋ ਗਏ, ਬਹੁਤ ਚੇਂਜ ਹੋ ਗਿਆ ਪਹਿਲਾਂ ਤੋਂ, ਬਹੁਤ ਚੇਂਜ ਹੋਇਆ। ਕੀ ਕਹਿਣਗੇ ਉਹ ਇੰਤਜ਼ਾਮਾਤ ਦੇ ਬਾਰੇ, ਸਕਿਉਰਿਟੀ ਦੇ ਬਾਰੇ? ਬਹੁਤ ਅੱਛਾ ਹੈ ਜੀ, ਬਹੁਤ ਅੱਛਾ ਇੰਤਜ਼ਾਮ ਆ। ਇਮਰਾਨ ਖਾਨ ਨੇ ਲਾਂਘਾ ਖੋਲ੍ਹਿਆ, ਉਹਦੇ ਬਾਰੇ ਕੀ? ਬਹੁਤ ਅੱਛਾ ਕੀਤਾ ਉਹਨਾਂ, ਸੰਗਤਾਂ ਬਿਨਾਂ ਰੋਕ ਟੋਕ ਦੇ ਆ ਜਾਣਗੀਆਂ। ਫਿਊਚਰ ਦੇ ਵਿੱਚ ਇਹਦੇ ਕੀ ਰਿਜ਼ਲਟ? ਅੱਛਾ ਆਉਣਾ ਚਾਹੀਦਾ ਰਿਜ਼ਲਟ ਦਾ, ਬਹੁਤ ਅੱਛਾ ਆਉਣਾ ਚਾਹੀਦਾ। ਸ਼ੁਕਰੀਆ। ਅੱਛਾ, ਮਿਹਰਬਾਨੀ ਜੀ।